ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ। ਅੱਜ ਤੁਹਾਨੂੰ ਵਲੰਸੀਆ ਦੇ ਐਤਵਾਰ ਇੱਕ ਵਿਰਾਸਤੀ ਚੀਜ਼ਾਂ ਦਾ ਬਾਜ਼ਾਰ ਲੱਗਦਾ, ਉਹਦਾ ਮਾਹੌਲ ਚਾਲ ਦਿਖਾਉਂਦੇ ਹਾਂ। ਬਹੁਤ ਸੋਹਣੀਆਂ ਚੀਜ਼ਾਂ ਵਾ, ਪਹਿਲਾਂ ਵੀ ਇੱਕ ਦੋ ਵਾਰ ਮੈਂ ਇੱਥੋਂ ਲੈ ਕੇ ਗਿਆ ਵਾਂ, ਅੱਜ ਵੀ ਮੇਰਾ ਦਿਲ ਸੀਗਾ ਕੋਈ ਪੇਂਟਿੰਗ ਵਗੈਰਾ ਖਰੀਦ ਕੇ ਚੱਲੀਏ। ਤੁਹਾਨੂੰ ਦਿਖਾਉਂਦੇ ਹਾਂ ਅੱਜ ਦਾ ਮਾਹੌਲ ਇਹਦਾ, ਚੈੱਕ ਕਰਕੇ ਦੱਸਿਓ ਤੁਸੀਂ ਤੁਹਾਨੂੰ ਕਿੱਦਾਂ ਦਾ ਲੱਗਦਾ ਵਾ। ਜਿਹੜੇ ਲੋਕਾਂ ਨੂੰ ਪਰਖ ਆ ਉਹ ਬਹੁਤ ਚੀਜ਼ਾਂ ਇੱਥੋਂ ਖਰੀਦ ਕੇ ਖੜਦੇ ਆ, ਅਤੇ ਬਹੁਤ ਸਸਤੇ ਰੇਟ 'ਤੇ। ਵਿਰਾਸਤੀ ਚੀਜ਼ਾਂ ਦੇ ਨਾਲ ਨਾਲ ਇੱਥੇ ਇਲੈਕਟ੍ਰੋਨਿਕ ਸਮਾਨ ਵੀ ਬਹੁਤ ਆ, ਸੈਕਿੰਡ ਹੈਂਡ ਲੈਪਟੋਪ, ਫੋਨ, ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਕਾਫੀ ਮਿਲ ਜਾਣਗੀਆਂ ਇੱਥੋਂ। ਚੱਲਦੀਆਂ ਨਾ ਚੱਲਣੀਆਂ ਉਹ ਤੁਹਾਡੇ 'ਤੇ ਡਿਪੈਂਡ ਕਰਦਾ, ਤੁਸੀਂ ਵੇਖ ਕੇ ਲੈਣੀ ਆ। ਆ ਜਾਓ ਵੇਖਦੇ ਹਾਂ ਫਿਰ ਮਾਹੌਲ। ਯੂਨੀਵਰਸਲ ਦਾ ਪੁੱਛਿਆ ਸੀ ਅਤੇ ਕਹਿੰਦਾ ਇਹ 25 ਯੂਰੋ ਦਾ ਵਾ, 25 ਯੂਰੋ ਦਾ। ਆਹ ਵਾਲਾ ਜਿਹੜਾ ਟੈਲੀਫੋਨ ਇਹ ਪੁੱਛਿਆ ਜਾਂਦਾ 60 ਯੂਰੋ ਦਾ। ਗੱਡੀ ਵੀ ਟੈਲੀਫੋਨ ਦਾ ਚੱਲਦਾ ਵੀ ਆ ਜੇ ਤੈਨੂੰ ਚਲਾਉਣਾ ਹੋਵੇ ਤਾਂ, ਪਰ ਉਹ ਤਾਰ ਵਾਲਾ ਵਾ, ਉਹਦੀ ਹੁਣ ਕਨੈਕਸ਼ਨ ਹੀ ਨਹੀਂ ਲੱਭਣੀ, ਚਲਾ ਕੇ ਵੀ ਕੀ ਕਰਨਾ। ਅਸੀਂ ਲਈਆਂ ਵਾ ਆ ਦੋ ਸੇਮ ਤਰ੍ਹਾਂ ਦੀਆਂ ਦੋਵੇਂ ਪੇਂਟਿੰਗ, ਇਹ ਮਿਲੀਆਂ ਸਾਨੂੰ 7 ਯੂਰੋ ਦੀਆਂ ਦੋ। ਇਹ ਰੀਅਲ ਪੇਂਟਿੰਗ ਆ, ਵਲੰਸੀਆ ਨੂੰ ਪੇਂਟਿੰਗ ਦਿੰਦੇ ਇਹਨੂੰ, ਉਹਨੇ ਹੀ ਦੱਸਿਆ ਹੁਣ ਸਾਨੂੰ, ਤਾਂ ਪਤਾ ਨਹੀਂ ਇਹਦੇ ਬਾਰੇ, ਪਰ ਵਧੀਆ ਲੱਗੀਆਂ ਮੈਨੂੰ। ਉਹ ਮੈਨੂੰ ਕਹਿੰਦਾ ਇਹ ਦੋ ਹੋਰ ਲੁੱਲਾਂ ਲੈਣੀਆਂ ਇਹਦੇ ਦਹਾਂ ਦੀਆਂ, ਪਰ ਮੈਂ ਨਹੀਂ, ਮੇਰਾ ਬਜਟ ਇੰਨਾ ਹੀ ਆ। ਚਮਚੇ ਵੀ ਹੈਗੇ, ਜਿੰਨੇ ਵੀ ਇੱਥੇ ਜ਼ਿਆਦਾਤਰ ਕੰਮ ਕਰਦੇ ਆ ਨਾ, ਇਹ ਮਰੋਕਦੇ ਆ, ਮਰੋਕੀ ਆ ਜ਼ਿਆਦਾਤਰ, ਅਤੇ ਇਹਨਾਂ 'ਚ ਥੋੜ੍ਹਾ ਬਹੁਤਾ ਸਮਾਨ ਚੋਰੀ ਦਾ ਵੀ ਹੁੰਦਾ। ਹਾਂਜੀ, ਕੀ ਹਾਲ ਜੀ, ਆਪਣੇ ਲਹਿੰਦੇ ਪੰਜਾਬ ਵਾਲੇ ਟੱਕਰ ਗਏ। ਆਹ ਚੇਅਰ ਅਤੇ ਸਟੂਲ ਘੈਂਟ ਆ, ਲਾਸਟ ਵਾਰ ਮੈਂ ਇੱਥੋਂ ਦੋ ਚੀਜ਼ਾਂ ਲੈ ਕੇ ਗਿਆ ਹਾਂ ਜਦੋਂ ਇੰਡੀਆ ਗਿਆ। ਇੱਕ ਤਾਂ ਉਹ ਸੀ, ਚੱਲਦਾ ਹੁੰਦਾ ਪੁਰਾਣੇ ਸਮੇਂ ਜਿਹਦੇ 'ਚ ਡਿਸਕ ਜੀ ਲਾ ਕੇ ਮਿਊਜ਼ਿਕ ਚੱਲਦਾ ਹੁੰਦਾ, ਉਹਨੂੰ ਥੋੜ੍ਹਾ ਬਹੁਤਾ ਰਿਪੇਅਰ ਕੀਤਾ। ਅਤੇ ਦੋ ਨਿੱਕੇ ਨਿੱਕੇ ਸੰਦੂਕ ਜਿਹੇ, ਉਹ ਵੀ ਵਧੀਆ, ਲੈਪਟੋਪ ਰੱਜ ਪਏ ਜੇ ਬਈ।
ਸ਼ਿਕਾਰਾ ਵੀ ਹੈਗਾ ਜੀ। ਇਲੈਕਟ੍ਰਿਕ ਸਮਾਨ ਢੇਰ ਰਿਹਾ। ਆਹ ਚੀਜ਼ਾਂ ਦਾ ਮੁੱਲ ਪੈਣਾ ਕਿਸੇ ਤਰੀਕੇ ਨੂੰ ਐਂਟੀਕ ਚੀਜ਼ਾਂ ਦਾ। ਹੁਣ ਤਾਂ ਵਿਚਾਰੀਆਂ ਇੱਦਾਂ ਪਈਆਂ, ਅੱਗੇ ਵੀ ਪੈ ਰਿਹਾ ਵਾ, ਲੋਕ ਪਸੰਦ ਕਰਦੇ ਚੀਜ਼ਾਂ ਨੂੰ, ਪਰ ਵੱਖਰੀ ਹੋਣੀ ਚੱਲਦੇ ਨਹੀਂ ਆ, ਬੰਦ ਪਏ ਆ। ਆਹ ਜਿੱਦਾਂ ਆਹ ਵਾਲਾ ਵਾ, ਕਿੱਡਾ ਘੈਂਟ ਆ, ਪੁਰਾਣਾ ਵਾ ਬਹੁਤ ਜ਼ਿਆਦਾ, ਰੇਟ ਵੀ ਬੜਾ ਇਹਦਾ। ਮੇਡ ਇਨ ਜਪਾਨ, ਜਪਾਨ ਦੀ ਚੀਜ਼ ਤਾਂ ਫਿਰ ਉੱਦਾਂ ਹੀ ਕਿਤੇ ਨਹੀਂ ਜਾਂਦੀ। ਬਾਹਲਾ ਸੋਹਣਾ ਵਾ, ਖੁੱਲ੍ਹੇ ਬਜਟ ਨਾ ਆਵੇ ਇੱਥੇ ਤਾਂ ਫੇਰ ਸਮਾਨ ਖਰੀਦ ਕੇ ਲੈ ਜਾਏ। ਮੇਰਾ ਬਜਟ ਥੋੜ੍ਹਾ ਵਾ, ਬੜਾ ਇਹਨੇ ਬਜਟ 'ਤੇ 8 ਰੁਪਈਏ ਲਾਏ, 7 ਜੇ ਮੈਂ ਸੱਚ। ਅਸਲਾ ਕਾਨਪੁਰੀਆ ਤਾਂ ਦੀ ਗੱਲ, ਯੂਕੇ ਦਾ ਲੱਗਦਾ ਫੋਨ, ਇਹ ਪੁੱਛ ਰਹੇ ਹਾਂ ਕਿੰਨੇ ਦਾ। ਇੱਦਾਂ ਦਾ ਖੜਿਆ ਮੈਂ ਯਾਰ, ਡਾ ਪਿਆ ਨਾ ਲੱਕੜ ਦਾ। ਹਾਂ ਰੱਖਿਆ ਨੂੰ ਪਾਲਚ ਪੂਲਚ ਕਰਕੇ ਘਰੇ, ਕੁੰਡੇਦਾਨੀਆਂ ਵੀ ਹੈਗੀਆਂ, ਪੁਰਾਣੀ ਪਰਸ ਵੀ ਹੈਗੀ, ਇਸਤਰੀ ਪ੍ਰੈਸ ਪਰਸ ਆਖੀ ਜਾਂਦਾ। ਹਾਥੀ ਦੇ ਸਿੰਘ ਵੀ ਪਏ ਦੋ, ਸਮਾਨ ਬੜਾ ਵਧੀਆ ਵਧੀਆ, ਜਿਹਨੂੰ ਪਰਖਿਆ ਉਹ ਲੈ ਕੇ ਵੀ ਜਾਂਦਾ ਵਾਧੂ। ਲਾਸਟ ਗਲੀ ਰਹਿ ਗਈ, ਆਹ ਕੱਢ ਕੇ ਫਿਰ ਆਪਾਂ ਚੱਲੀਏ। ਟ੍ਰੇਨ ਦੀ ਪਤਾ ਨਹੀਂ ਕਿੰਨਾ ਚਿਰ ਵੇਟ ਕਰਨੀ ਪੈਣੀ। ਚਲੋ ਸ਼ੀਸ਼ੇ 'ਚ ਤਸਵੀਰ ਤੇ ਵੇਖੀਏ, ਸ਼ੀਸ਼ੇ ਬੜੇ ਘੈਂਟ ਚੱਕੋ। ਵਾਂਟ ਸਮ ਮੋਰ, ਪੁੱਛੀਏ ਉਹਨੂੰ ਕੋਈ ਸ਼ੀਸ਼ੇ ਦਾ ਰੇਟ। ਫਿਰ ਫੜਨਾ ਬੜਾ ਔਖਾ ਖੜੇ ਯਾਰ, ਟ੍ਰੇਨ ਜੀ ਥੋੜ੍ਹਾ ਦੂਰ ਹੈ ਘਰ, ਤਾਂ ਕਰਕੇ ਇੱਕ ਮੈਂ ਆ ਇਕੱਲਾ ਗਿਆ। ਜੇ ਮੇਰਾ ਹੁੰਦਾ ਨਾ ਸਾਥੀ ਕੋਈ, ਫਿਰ ਤੁਹਾਨੂੰ ਇਹਦੀ ਗੇੜੀ ਲਵਾਉਣੀ ਸੀ ਚੰਗੀ ਤਰ੍ਹਾਂ, ਐਕਸਪਲੋਰ ਕਰਨਾ ਫਿਰ ਚੰਗੀ ਤਰ੍ਹਾਂ ਇਹਨੂੰ। ਮਸ਼ੀਨ ਵੀ ਪਈ ਹੈ, 10 ਮਿੰਟ 'ਚ ਟ੍ਰੇਨ ਆਊਗੀ।